ਵੈਲਕਮ ਬੇਟਾ ਟੂ ਮਾਈ ਚੈਨਲ ਸੋ ਈਜ਼ੀ ਮੈਥ। ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਕਲਾਸ 10th ਦੀ ਵੀਕਲੀ ਪ੍ਰੈਕਟਿਸ ਸ਼ੀਟ 2 ਸੋਲਵ ਕਰਾਂਗੇ। ਚੈਪਟਰ ਹੈਗਾ ਰੀਅਲ ਨੰਬਰਸ, ਵਾਸਤਵਿਕ ਸੰਖਿਆਵਾਂ। ਚਲੋ ਬੇਟਾ ਆਪਾਂ ਸੋਲਵ ਕਰਦੇ ਹਾਂ। ਫਸਟ ਹੈ ਆਪਣੇ ਕੋਲ ਐਕਸਪ੍ਰੈਸ 0.001 ਬਾਰ ਐਜ਼ ਫਰੈਕਸ਼ਨ। ਠੀਕ ਹੈ, ਇਹਨੂੰ ਫਰੈਕਸ਼ਨ ਰਿਪ੍ਰਜੈਂਟ ਕਰਨਾ, ਆਪਾਂ ਭਿੰਨ ਰੂਪ ਦੇ ਵਿੱਚ ਰਿਪ੍ਰਜੈਂਟ ਕਰਨਾ। ਦੇਖੋ ਬੇਟਾ, ਇਹਨੂੰ ਕੀ ਮੰਨ ਲਾਂਗੇ ਆਪਾਂ, ਐਕਸ ਕਿੱਦਾਂ, ਲੈਟ ਜਿਵੇਂ ਐਕਸ ਮੰਨ ਲਿਆ ਆਪਾਂ ਨੇ 0.001, ਕਿੰਨੇ ਅੱਖਰਾਂ ਉੱਪਰ ਬਾਰ ਆ, 3 ਅੱਖਰਾਂ ਉੱਪਰ। ਮੀਨਸ ਇਹ ਤਿੰਨੋਂ ਡਿਜਿਟ ਰਿਪੀਟ ਹੋ ਰਹੇ ਨੇ 0.01, 0.01, ਸੋ ਓਨ। ਇਹਨੂੰ ਆਪਾਂ ਵਨ ਇਕੁਏਸ਼ਨ ਮੰਨ ਲਾਂਗੇ। ਕਿੰਨੇ ਡਿਜਿਟਾਂ ਉੱਪਰ ਬਾਰ ਆ, 3 ਡਿਜਿਟ ਉੱਪਰ। ਮੀਨਸ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 1000 ਨਾਲ। ਜੇ 2 ਡਿਜਿਟ ਰਿਪੀਟ ਹੋਣ ਤਾਂ 100 ਨਾਲ, 1 ਡਿਜਿਟ ਰਿਪੀਟ ਹੋਵੇ ਤਾਂ 10 ਨਾਲ। ਠੀਕ ਹੈ, ਹੁਣ ਕਿਹਦੇ ਨਾਲ ਮਲਟੀਪਲਾਈ ਕਰਾਂਗੇ ਆਪਾਂ, 1000 ਨਾਲ, ਦੋਵੇਂ ਪਾਸੇ। ਇਹਨੂੰ 10 ਐਕਸ ਨੂੰ 1000 ਨਾਲ ਮਲਟੀਪਲਾਈ ਕਰਾਂਗੇ ਬੇਟਾ, 1000 ਐਕਸ। ਇਹਨੂੰ ਆਪਾਂ 1000 ਨਾਲ ਮਲਟੀਪਲਾਈ ਕਰਾਂਗੇ ਤਾਂ ਪੁਆਇੰਟ ਸ਼ਿਫਟ ਹੋ ਜਾਏਗਾ 3 ਡਿਜਿਟ ਰਾਈਟ ਵਾਲੇ ਪਾਸੇ। ਮੀਨਸ 0.001, 0.01, 0.01, ਸੋ ਓਨ। ਇਹਨੂੰ 2 ਮੰਨ ਲਓ। ਹੁਣ ਆਪਾਂ ਦੋਨੋਂ ਨੂੰ ਸਬਟ੍ਰੈਕਟ ਕਰ ਦਾਂਗੇ। ਠੀਕ ਹੈ, ਜਿਹੜੀ ਫਸਟ ਇਕੁਏਸ਼ਨ ਆ ਇਹਦੇ ਵਿੱਚੋਂ ਕੀ ਕਰ ਦਾਂਗੇ, ਮਾਈਨਸ, ਸਬਟ੍ਰੈਕਟ। ਜਿਹਦੇ ਮੇਰੇ ਕੁਛ ਨਹੀਂ, 1 ਪਾ ਲਾਂਗੇ। ਜਦੋਂ ਸਬਟ੍ਰੈਕਟ ਕਰਨਾ, ਪੁਆਇੰਟਸ ਇਹ 'ਚ ਰੱਖਣੇ ਨੇ, 0.01, 0.01, 0.01, ਸੋ ਓਨ। ਠੀਕ ਹੈ ਜੀ, ਹੁਣ ਆਪਾਂ ਸਬਟ੍ਰੈਕਟ ਕਰਦੇ ਹਾਂ। 1000 'ਚ 1 ਮਾਈਨਸ ਕਰਕੇ 999 ਐਕਸ। ਇਹ ਦੇਖੋ ਪੁਆਇੰਟ ਤੋਂ ਬਾਅਦ ਸਾਰੇ ਬੇਟਾ 0.01 ਨੇ, ਮੀਨ ਸਾਰੇ ਜ਼ੀਰੋਜ਼ ਹੋਣਗੀਆਂ। ਠੀਕ ਹੈ, ਇੱਥੇ ਕਿੰਨਾ ਆ ਗਿਆ, 1। ਪੁਆਇੰਟ ਤੋਂ ਬਾਅਦ ਵਾਲੇ 0 ਆਪਾਂ ਛੱਡ ਸਕਦੇ ਹਾਂ, ਪੁਆਇੰਟ ਵੀ ਛੱਡਿਆ ਜਾਏਗਾ। ਮੀਨਸ ਐਕਸ ਦੀ ਵੈਲਿਊ ਕਿੰਨੀ ਆਊਗੀ, 1/999। ਠੀਕ ਹੈ, ਇਹਦਾ ਭਿੰਨ ਰੂਪ ਬਣ ਗਿਆ। ਤਾਂ ਆਪਣੇ ਕੋਲ ਆਪਸ਼ਨ 'ਚ ਆਂਸਰ ਆਊਗਾ ਬੇਟਾ, 4th। ਅਗਲਾ ਹੈਗਾ, ਬਿਟਵੀਨ 2 ਐਨੀ 2 ਰੈਸ਼ਨਲ ਨੰਬਰਸ ਦੇਅਰ ਇਜ਼, 2 ਪਰਮੇਹ ਸੰਖਿਆਵਾਂ ਦੇ ਵਿਚਕਾਰ ਕੋਈ ਪਰਮੇਹ ਸੰਖਿਆ ਨਹੀਂ ਹੁੰਦੀ। ਗਲਤ ਹੈ ਬੇਟਾ, ਇੱਕ ਪਰਮੇਹ ਸੰਖਿਆ ਹੁੰਦੀ ਹੈ, ਐਗਜੈਕਟਲੀ 1 ਰੈਸ਼ਨਲ ਨੰਬਰ, ਨੋ। ਅਨੰਤ ਪਰਮੇਹ ਸੰਖਿਆਵਾਂ ਹੁੰਦੀਆਂ ਨੇ, ਇਨਫਾਨੈਟਲੀ ਮੈਨੀ ਰੈਸ਼ਨਲ ਨੰਬਰਸ, ਇਹ ਟਰੂ ਆ। ਕਿਉਂਕਿ 2 ਨੰਬਰਸ ਦੇ ਵਿਚਕਾਰ ਬੇਟਾ ਆਪਾਂ ਇਨਫਾਨੈਟਲੀ ਮੈਨੀ ਰੈਸ਼ਨਲ ਨੰਬਰਸ ਨੇ ਜਿਹੜੇ ਉਹ ਫਾਇੰਡ ਆਊਟ ਕਰ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਹੈਗਾ ਆਪਣੇ ਕੋਲ, ਦੱਸਣਾ ਮੈਨੂੰ ਜੋ ਕਿਹੜਾ ਕਥਨ ਸਹੀ ਆ। ਵੈਸੇ 'ਚ ਬੇਟਾ ਪਾਈ ਅਤੇ 2π, ਇਹ 'ਚ ਪਾਈ ਅਤੇ 2/7 ਬਾਰੇ ਦੱਸਿਆ ਗਿਆ ਆ। ਹੁਣ 2/7 ਆ ਜਿਹੜਾ, ਇਹ p/q ਫੋਰਮ ਹੋ ਗਿਆ, ਮੀਨਸ ਰੈਸ਼ਨਲ ਨੰਬਰ ਹੋ ਗਿਆ, ਵੇਅਰ ਕਿਊ ਇਜ਼ ਨੋਟ ਇਕੁਅਲ ਟੂ 0। ਠੀਕ ਹੈ, ਇਹ ਇੱਕ ਰੈਸ਼ਨਲ ਨੰਬਰ ਨੂੰ ਰਿਪ੍ਰਜੈਂਟ ਕਰਦਾ, ਕਿਉਂਕਿ ਡੈਫੀਨੇਸ਼ਨ ਨੂੰ ਸੂਟ ਕਰ ਗਿਆ ਪ੍ਰਮੇਹ ਸੰਖਿਆ ਦੀ। ਪਰ ਪਾਈ ਕੀ ਹੈ ਬੇਟਾ, ਇੱਕ ਇਰੈਸ਼ਨਲ ਨੰਬਰ ਆ। ਠੀਕ ਹੈ, ਪ੍ਰਮੇਹ ਸੰਖਿਆ ਆ। ਹੁਣ ਦੇਖੋ ਕਿਹੜੀ ਆਪਸ਼ਨ ਸਹੀ ਹੈ, 2/7 ਕੀ ਹੈ, ਇੱਕ ਰੈਸ਼ਨਲ, ਠੀਕ ਹੈ, ਪ੍ਰਮੇਹ। ਪਾਈ ਕੀ ਹੈ, ਇੱਕ ਅਪਰਿਮੇਹ, ਇਰੈਸ਼ਨਲ। ਤਾਂ ਦੇਖੋ ਕਿਹੜੀ ਆਪਸ਼ਨ ਹੋ ਗਈ ਆਪਣੇ ਕੋਲ, 4th ਆਪਸ਼ਨ,
ਪਾਈ ਅਪਰਮੇਯ ਆ, ਬਾਈ ਵਟਾ ਸੱਤ ਕੀ ਆ ਪਰਮੇਯ, ਪਾਈ ਇਜ਼ ਇਰੈਸ਼ਨਲ, ਬਾਈ ਵਟਾ ਸੱਤ ਕੀ ਇੱਕ ਰੈਸ਼ਨਲ ਨੰਬਰ। ਅੱਗੇ ਹੈਗਾ ਬੇਟਾ ਆਪਣੇ ਕੋਲ ਇੱਕ ਗੈਰ ਸਿਫਰ ਪਰਿਮੇਯ ਸੰਖਿਆ ਅਤੇ ਇੱਕ ਅਪਰਿਮੇਯ ਸੰਖਿਆ ਦਾ ਗੁਣਫਲ ਹੈ, ਦ ਪ੍ਰੋਡਕਟ ਆਫ ਨੋਨ ਜ਼ੀਰੋ ਰੈਸ਼ਨਲ ਐਂਡ ਇਰੈਸ਼ਨਲ ਨੰਬਰ ਇਜ਼। ਨੋਨ ਜ਼ੀਰੋ ਰੈਸ਼ਨਲ ਪਰਿਮੇਯ ਸਿਫਰ ਨਹੀਂ ਲੈਣਾ, ਕੋਈ ਵੀ ਲੈ ਲਓ, ਜਿਵੇਂ ਥ੍ਰੀ ਲੈ ਲਿਆ, ਥ੍ਰੀ ਨੂੰ ਦੇਖੋ ਆਪਾਂ ਥ੍ਰੀ ਬਾਏ ਵਨ ਲਿਖ ਸਕਦੇ ਹਾਂ ਨਾ, ਇੱਕ ਕੀ ਆ ਰੈਸ਼ਨਲ ਪਰਿਮੇਯ, ਇਹ ਬਣ ਗਿਆ ਥ੍ਰੀ। ਅਪਰਿਮੇਯ ਜਿਵੇਂ ਪਾਈ ਲਿਖ ਸਕਦੇ ਹੋ, ਠੀਕ ਹੈ, ਜਾਂ ਰੂਟ ਥ੍ਰੀ ਲਿਖ ਸਕਦੇ ਹੋ, ਰੂਟ ਸੈਵਨ ਲਿਖ ਸਕਦੇ ਹੋ, ਜਿਹਦਾ ਸਕੇਅਰ ਰੂਟ ਸੋਲਵ ਨਹੀਂ ਹੁੰਦਾ, ਮਤਲਬ ਪੁਆਇੰਟਾਂ 'ਚ ਆਏਗਾ। ਹੁਣ ਇਹ ਕੀ ਬਣ ਗਿਆ ਥ੍ਰੀ ਰੂਟ ਥ੍ਰੀ, ਅਤੇ ਥ੍ਰੀ ਰੂਟ ਥ੍ਰੀ ਕੀ ਬੇਟਾ ਇੱਕ ਅਪਰਿਮੇਯ ਸੰਖਿਆ, ਤਾਂ ਹਮੇਸ਼ਾ ਕੀ ਆ ਉਹ ਇੱਕ ਇਰੈਸ਼ਨਲ ਨੰਬਰ, ਪਰਿਮੇਯ ਅਪਰਿਮੇਯ ਸੰਖਿਆ, ਠੀਕ ਹੈ ਜੀ, ਜਿਹੜਾ ਪ੍ਰੋਡਕਟ ਉਹ ਦੋਨਾਂ ਦਾ। ਨੈਕਸਟ ਹੈ ਬੇਟਾ ਜੀ ਆਪਣੇ ਕੋਲ, ਇੱਕ ਪਰਿਮੇਯ ਸੰਖਿਆ ਦਾ ਦਸ਼ਮਲ ਰੂਪ ਨਹੀਂ ਹੋ ਸਕਦਾ, ਡੈਸੀਮਲ ਰੀਪ੍ਰੈਜੈਂਟੇਸ਼ਨ ਆਫ ਰੈਸ਼ਨਲ ਨੰਬਰ ਕੈਨ ਨੋਟ ਬੀ। ਬੇਟਾ ਵੈਸੇ ਵੀ ਡੈਫੀਨੇਸ਼ਨ ਆਪਾਂ ਕਰਦੇ ਹੁੰਦੇ ਹਾਂ, ਜਿਹੜਾ ਰੈਸ਼ਨਲ ਨੰਬਰ ਉਹ ਕੀ ਨਹੀਂ ਹੋ ਸਕਦਾ, ਨੋਨ ਟਰਮੀਨੇਟਿੰਗ, ਨੋਨ ਰਿਪੀਟਿੰਗ, ਮੀਨਸ ਅਣ ਆਵਰਤੀ ਅਸ਼ਾਂਤ, ਠੀਕ ਹੈ, ਕਿਉਂਕਿ ਜੇ ਪਰਿਮੇਯ ਸੰਖਿਆ ਡੈਫੀਨੇਸ਼ਨ ਦੇ ਅਕੋਰਡਿੰਗ ਜਾਂ ਤਾਂ ਬੇਟਾ ਡਿਵੀਜ਼ਨ ਕਰਾਂਗੇ ਪੂਰੀ ਪੂਰੀ ਡਿਵਾਈਡ ਹੋ ਜਾਏਗੀ, ਮੀਨਸ ਸ਼ਾਂਤ ਬਣ ਜਾਏਗਾ, ਠੀਕ ਹੈ, ਜਾਂ ਬੇਟਾ ਜੇ ਉਹ ਅਸ਼ਾਂਤ ਆ ਤਾਂ ਉਹ ਰਿਪੀਟ ਹੋਣਗੇ ਡਿਜਿਟਸ ਉਹਦੀਆਂ, ਠੀਕ ਹੈ, ਮੀਨਸ ਜੇ ਨੋਨ ਰਿਪੀਟਿੰਗ ਆ ਅਤੇ ਨੋਨ ਟਰਮੀਨੇਟਿੰਗ ਆ ਤਾਂ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਨਹੀਂ ਹੈ, ਠੀਕ ਹੈ, ਤਾਂ ਆਂਸਰ ਆਊਗਾ ਅਣਾਵਰਤੀ ਅਸ਼ਾਂਤ, ਨੋਨ ਰਿਪੀਟਿੰਗ, ਨੋਨ ਟਰਮੀਨੇਟ, ਨੋਨ ਰਿਪੀਟਿੰਗ। ਨੈਕਸਟ ਹੈਗਾ ਕਿਸੇ ਵੀ ਦੋ ਅਪਰਿਮੇਯ ਸੰਖਿਆਵਾਂ ਦਾ ਗੁਣਨ ਫਲ ਹੁੰਦਾ ਹੈ, ਦ ਪ੍ਰੋਡਕਟ ਆਫ ਇਰੈਸ਼ਨਲ ਨੰਬਰ ਇਜ਼। ਬੇਟਾ ਇਰੈਸ਼ਨਲ ਨੰਬਰ ਨੇ ਤੁਸੀਂ ਥ੍ਰੀ ਵੀ ਲੈ ਸਕਦੇ ਹੋ, ਜਿਵੇਂ ਰੂਟ 27 ਵੀ ਲੈ ਸਕਦੇ ਹੋ, ਉਹ ਵੀ ਇੱਕ ਇਰੈਸ਼ਨਲ ਨੰਬਰ ਆ, ਪਰ ਜੇ ਦੋਨਾਂ ਦੀ ਮਲਟੀਪਲੀਕੇਸ਼ਨ ਕਰੋਗੇ ਇਹ ਬਣ ਗਿਆ ਆਪਣੇ ਕੋਲ 81, ਮੀਨਸ 9 ਆ ਗਿਆ, 9 ਕੀ ਹੈ ਇੱਕ ਰੈਸ਼ਨਲ ਨੰਬਰ ਪਰਿਮੇਯ ਸੰਖਿਆ। ਪਰ ਬੇਟਾ ਇਹੀ ਜੇ ਤੁਸੀਂ ਇੱਕ ਰੂਟ 3 ਲੈ ਲੈਂਦੇ ਹੋ, ਇਹ ਤਾਂ ਇੱਕ ਐਗਜ਼ਾਮਪਲ ਹੋ ਗਈ, ਇੱਕ ਤੁਸੀਂ ਰੂਟ 2 ਲੈ ਲੈਂਦੇ ਹੋ ਤਾਂ ਪ੍ਰੋਡਕਟ ਕਿੰਨਾ ਬਣੂਗਾ, ਰੂਟ 6, ਰੂਟ 6 ਕੀ ਇੱਕ ਇਰੈਸ਼ਨਲ ਨੰਬਰ, ਮੀਨਸ ਰੈਸ਼ਨਲ ਵੀ ਹੋ ਸਕਦਾ, ਇਰੈਸ਼ਨਲ ਵੀ ਹੋ ਸਕਦਾ, ਪਰਿਮੇਯ ਵੀ ਹੋ ਸਕਦਾ ਅਤੇ ਅਪਰਿਮੇਯ ਵੀ ਹੋ ਸਕਦਾ, ਠੀਕ ਹੈ ਜੀ। ਦੇਖੋ ਕਿਹੜੀ ਆਪਸ਼ਨ ਆਊਗੀ, 4th ਆਪਸ਼ਨ, ਠੀਕ ਹੈ ਬੇਟਾ। ਨੈਕਸਟ ਦੇਖਦੇ ਹਾਂ ਆਪਾਂ, ਦੋ ਲਗਾਤਾਰ ਟਾਂਗ ਸੰਖਿਆਵਾਂ ਦਾ ਜੋੜ ਹਮੇਸ਼ਾ ਹੇਠ ਦਿੱਤੇ ਸੰਖਿਆਵਾਂ ਵਿੱਚੋਂ ਕਿਸ ਨਾਲ ਭਾਗ ਹੁੰਦਾ ਹੈ, ਸਮ ਆਫ ਟੂ ਕੰਜ਼ੈਕਟਿਵ ਔਡ ਨੰਬਰਸ ਇਜ਼ ਆਲਵੇਜ਼ ਡਿਵੀਜ਼ੀਬਲ ਬਾਏ, ਕਿੰਨਾ ਡਿਵਾਈਡ ਹੁੰਦਾ, ਦੇਖੋ ਔਡ ਨੰਬਰ ਲੈਣੇ ਆ ਦੋ ਲਗਾਤਾਰ, ਜਿਵੇਂ ਆਪਾਂ 1 ਲੈ ਸਕਦੇ ਹਾਂ 3 ਲੈ ਸਕਦੇ ਹਾਂ, ਦੋਨਾਂ ਦਾ ਸਮ ਕਿੰਨਾ ਬਣ ਗਿਆ 4, ਹੋਰ ਲੈ ਕੇ ਦੇਖੋ 3 ਲੈ ਸਕਦੇ ਹੋ 5 ਲੈ ਸਕਦੇ ਹੋ, ਕਿੰਨਾ ਆ ਗਿਆ ਬੇਟਾ 8, 5 ਲੈ ਸਕਦੇ ਹੋ 7 ਲੈ ਸਕਦੇ ਹੋ, ਕਿੰਨਾ ਆ ਗਿਆ 12। ਕੋਈ ਵੀ ਬੇਟਾ ਤੁਸੀਂ ਲਗਾਤਾਰ ਔਡ ਨੰਬਰਸ ਲੈ ਲਓ
ਉਹ ਹਮੇਸ਼ਾ ਤੁਹਾਡੇ 4 ਨਾਲ ਡਿਵਾਈਡ ਜ਼ਰੂਰ ਹੋਣਗੇ, ਕਿਉਂਕਿ ਮਿਨੀਮਮ ਜਿਹੜੇ ਔਡ ਨੰਬਰਸ ਦਾ ਜੋੜ ਆ ਉਹ 4 ਬਣਦਾ ਆ। ਠੀਕ ਹੈ, ਅਤੇ ਇਹਦਾ ਆਂਸਰ ਕਿੰਨਾ ਆਊਗਾ ਬੇਟਾ? 4। ਦੇਖੋ ਸਾਰੇ 4 'ਤੇ ਡਿਵਾਈਡ ਹੋ ਰਹੇ ਨੇ। ਤੁਸੀਂ ਹੋਰ ਐਗਜ਼ਾਮਪਲ ਵੀ ਲੈ ਸਕਦੇ ਹੋ। ਨੈਕਸਟ ਹੈ ਬੇਟਾ ਆਪਣੇ ਕੋਲ, ਇਹਨਾਂ ਵਿੱਚੋਂ ਕਿਹੜਾ ਜੋੜਾ ਸਹਿਭਾਜ ਹੈ? ਸਹਿਭਾਜ ਮੀਨਸ ਕੋਪ੍ਰਾਈਮ। ਕੋਪ੍ਰਾਈਮ ਨੰਬਰ ਕਿਹੜੇ ਹੁੰਦੇ ਨੇ? ਜਿਨ੍ਹਾਂ ਦਾ ਐਚ ਸੀ ਐਫ ਮੀਨਸ ਮੰਮਾ ਸੱਸਾ ਵਾਹਵਾ ਕਿੰਨਾ ਹੁੰਦਾ ਆਪਣੇ ਕੋਲ? 1। ਠੀਕ ਹੈ ਜੀ, ਮੀਨਸ ਦੋਨੇ ਕਿਸੇ ਵੀ ਟੇਬਲ 'ਤੇ ਨਹੀਂ ਆਉਣੇ ਚਾਹੀਦੇ, ਇੱਕੋ ਟੇਬਲ 'ਤੇ। ਮੀਨਸ ਜਿਵੇਂ 14 ਅਤੇ 35 ਆ, ਦੋਨੋਂ 7 ਦੇ ਟੇਬਲ 'ਤੇ ਆ ਗਏ। ਠੀਕ ਹੈ, ਇਟ ਮੀਨਸ ਇਹ ਕੋਪ੍ਰਾਈਮ ਹੈ ਨਹੀਂ। ਅੱਗੇ ਦੇਖੋ 23 ਅਤੇ 69, ਦੋਨੋਂ 23 ਦੇ ਟੇਬਲ 'ਤੇ ਆਉਂਦੇ ਨੇ, ਇਹ ਵੀ ਹੈ ਨਹੀਂ। 34 ਅਤੇ 64 ਦੋਨੋਂ 2 ਦੇ ਟੇਬਲ 'ਤੇ ਡਿਵਾਈਡ ਆ ਜਾਣ ਹੋ ਜਾਣਗੇ, ਇਹ ਵੀ ਨਹੀਂ ਹੈਗਾ ਬੇਟਾ। ਪਰ 18 ਅਤੇ 25 ਇੱਕੋ ਕਿਸੇ ਵੀ ਟੇਬਲ 'ਤੇ ਨਹੀਂ ਵੰਡੇ ਜਾਂਦੇ, ਮੀਨਸ ਇਹਨਾਂ ਦੋਨਾਂ ਦਾ ਐਚ ਸੀ ਐਫ ਓ 1 ਆ। ਠੀਕ ਹੈ, ਮੀਨਸ ਇਹ ਦੋਨੋਂ ਕੀ ਨੇ? ਕੋਪ੍ਰਾਈਮ ਨੰਬਰਸ। ਨੈਕਸਟ ਹੈਗਾ ਬੇਟਾ, ਵਿੱਚ ਓ ਦਾ ਫੋਲੋਇੰਗ ਹੈਜ਼ ਟਰਮੀਨੇਟਿੰਗ ਡੈਸੀਮਲ ਰਿਪ੍ਰੈਜੈਂਟੇਸ਼ਨ, ਕਿਹੜਾ ਦਸ਼ਮਲਵ ਵਿਸਤਾਰ ਸ਼ਾਂਤ ਹੈ? ਬੇਟਾ ਸ਼ਾਂਤ ਉਹ ਹੁੰਦੇ ਨੇ ਜਿਹਦੇ ਨਿਊਮੀਨੇਟਰ ਮੀਨਸ ਨਿਚਲਾ ਡਿਨੋਮੀਨੇਟਰ, ਨਿਊਮੀਨੇਟਰ ਡਿਨੋਮੀਨੇਟਰ, ਆਪਾਂ ਡਿਨੋਮੀਨੇਟਰ ਨੂੰ ਦੇਖਦੇ ਹਾਂ, ਉਹਦੇ ਵਿੱਚ ਡਿਨੋਮੀਨੇਟਰ ਦੇ ਵਿੱਚ ਹਮੇਸ਼ਾ 2 or 5 ਦੇ ਹੀ ਫੈਕਟਰਸ ਆਉਣਗੇ, ਜਿਵੇਂ 2 to the power m, 5 to the power n। ਇਹ ਮੈਂ ਜਨਰਲ ਲਿਖਤਾ, 2 ਕਿੰਨੀ ਵਾਰ ਮਰਜ਼ੀ ਹੋ ਸਕਦਾ, 5 ਵੀ ਕਿੰਨੀ ਵਾਰ ਮਰਜ਼ੀ ਹੋ ਸਕਦਾ। ਠੀਕ ਹੈ ਜੀ, 2 or 5 ਤੋਂ ਬਿਨਾਂ ਹੋਰ ਕੋਈ ਨੰਬਰ ਨਹੀਂ ਹੋਣਾ ਚਾਹੀਦਾ, ਇਕੱਲਾ 2 ਵੀ ਹੋ ਸਕਦਾ, ਇਕੱਲਾ 5 ਵੀ ਹੋ ਸਕਦਾ। ਹੁਣ ਦੇਖੋ ਸੈਕਿੰਡ ਦੇ ਵਿੱਚ 2 or 3 ਨੇ, ਇਹ ਨਹੀਂ ਹੋ ਸਕਦਾ, ਇਹ 'ਚ 3 or 5 ਆ ਗਏ, ਇਹ ਵੀ ਨਹੀਂ ਹੋ ਸਕਦਾ। ਪਰ ਇਹ ਹੈ ਸਿਰਫ 2 or 5 ਹੀ ਨੇ, ਮੀਨਸ ਕਿਹੜਾ ਆਂਸਰ ਆਊਗਾ? ਆਪਸ਼ਨ 1। ਨੈਕਸਟ ਹੈ ਆਪਣੇ ਕੋਲ, ਜੇਕਰ ਪੀ ਅਤੇ ਕਿਊ ਦੋ ਅਪਾਸ ਸੰਖਿਆਵਾਂ ਹੋਣ ਤਾਂ ਇਹਨਾਂ ਦਾ ਲਸਸਾ ਵਾਹਵਾ ਹੋਵੇਗਾ। ਬੇਟਾ ਜਿਹੜੇ ਪ੍ਰਾਈਮ ਨੰਬਰਸ ਹੁੰਦੇ ਨੇ ਉਹਦਾ ਐਲਸੀਅਮ ਹਮੇਸ਼ਾ ਉਹਦੇ ਪ੍ਰੋਡਕਟ ਦੇ ਬਰਾਬਰ ਹੁੰਦਾ ਆ। ਜਿਵੇਂ 2 or 3 ਨੰਬਰਸ ਲੈ ਲਏ, ਇਹ ਦੋਨੋਂ ਪ੍ਰਾਈਮ ਨੇ, ਇਹਨਾਂ ਦੋਨਾਂ ਜਿਹੜਾ ਐਲਸੀਅਮ ਆ ਉਹ ਕਿੰਨਾ ਆਊਗਾ? 6। ਕੱਢ ਕੇ ਦੇਖ ਲਓ ਜੇ ਉਹ 2 or 3 ਦਾ, ਮੀਨਸ ਦੋਨਾਂ ਦੇ ਪ੍ਰੋਡਕਟ ਦੇ ਬਰਾਬਰ ਹੁੰਦਾ। ਠੀਕ ਹੈ, ਜੇ ਪ੍ਰਾਈਮ ਨੇ। ਸਭ ਤੋਂ ਛੋਟੀ ਭਾਜ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮੰਮਾ ਸੱਸਾ ਵਾਹਵਾ ਹੋਵੇਗਾ। ਵਾਟ ਇਜ਼ ਦਾ ਐਚ ਸੀ ਐਫ ਔਫ ਸਮਾਲੈਸਟ ਕੰਪੋਜ਼ਿਟ ਨੰਬਰ, ਸਮਾਲੈਸਟ ਕੰਪੋਜ਼ਿਟ ਨੰਬਰ ਭਾਜ ਸੰਖਿਆ ਕਿਹੜੀ ਹੁੰਦੀ ਆ? 4। ਠੀਕ ਹੈ, ਜਿਹਦੇ 2 ਤੋਂ ਜ਼ਿਆਦਾ ਫੈਕਟਰਸ ਹੁੰਦੇ ਨੇ। ਸਮਾਲੈਸਟ ਪ੍ਰਾਈਮ ਨੰਬਰਸ, ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਆਪਣੇ ਕੋਲ? 2। ਹੁਣ ਦੋਨਾਂ ਦਾ ਐਚ ਸੀ ਐਫ ਕਿੰਨਾ ਹੋਏਗਾ? 4 or 2 ਦਾ, 4 ਦੇ ਫੈਕਟਰ ਕੀ ਬਣ ਗਏ ਆਪਣੇ ਕੋਲ? 2 into 2। 2 ਦੇ ਫੈਕਟਰ ਕੀ ਬਣ ਗਏ? 2 into 1 ਵੀ ਤੁਸੀਂ ਚਲੋ ਲਿਖ ਸਕਦੇ ਹੋ। ਐਚ ਸੀ ਐਫ ਕੋਮਨ ਦੋਨਾਂ 'ਚ ਕੀ ਆ ਗਿਆ? 2। ਮੀਨਸ ਐਚ ਸੀ ਐਫ ਕਿੰਨਾ ਹੋਊਗਾ ਬੇਟਾ? 2। ਨੈਕਸਟ ਹੈ, ਅਭਾਜ ਗੁਣਖੰਡ ਵਿਧੀ ਨਾਲ
96 ਅਤੇ 404 ਦਾ ਆਪਾਂ ਮੰਮਾ ਸੱਸਾ ਵਾਹਵਾ ਕੱਢਣਾ, ਮੀਨਸ ਐਚ ਸੀ ਐਫ ਫਾਇੰਡ ਆਊਟ ਕਰਨਾ। ਚਲੋ ਸੋਲਵ ਕਰਦੇ ਹਾਂ ਆਪਾਂ। ਪਹਿਲਾਂ 96 ਅਤੇ ਪ੍ਰਾਈਮ ਫੈਕਟਰ ਬਣਾਓ, 2 'ਤੇ ਡਿਵਾਈਡ ਹੋ ਜਾਏਗਾ, ਠੀਕ ਹੈ, ਇਹ ਵੀ 2 'ਤੇ ਚਲਾ ਜਾਏਗਾ, ਇਹ ਵੀ ਬੇਟਾ 2 ਨਾਲ ਡਿਵਾਈਡ ਹੋ ਜਾਏਗਾ, ਇਹ ਵੀ 2 ਨਾਲ ਡਿਵਾਈਡ ਹੋ ਜਾਏਗਾ, ਇਹ ਵੀ 2 ਨਾਲ ਡਿਵਾਈਡ ਹੋ ਜਾਏਗਾ। ਹੁਣ ਇਹ ਕਿਤੇ ਜਾਏਗਾ? 3 'ਤੇ। ਸਿਮੀਲਰਲੀ ਬੇਟਾ 404 'ਤੇ ਬਣਾ ਲਓ, 2 'ਤੇ ਡਿਵਾਈਡ ਹੋ ਜਾਏਗਾ, ਇਹ ਵੀ 2 ਨਾਲ ਚਲਾ ਜਾਏਗਾ। 101 ਕੀ ਇੱਕ ਪ੍ਰਾਈਮ ਨੰਬਰਸ, ਇਹ 101 'ਤੇ ਹੀ ਜਾਏਗਾ। 96 'ਤੇ ਪ੍ਰਾਈਮ ਫੈਕਟਰ ਬਣ ਗਏ 2 × 2 × 2, ਕਿੰਨੀ ਵਾਰ ਦੇਖੋ, 1, 2, 3, 4, 5 ਟਾਈਮਸ × 3। 404 'ਤੇ ਬਣ ਗਏ ਬੇਟਾ 2 × 2 × 101। ਹੁਣ ਇਹ 'ਚ ਕੋਮਨ ਕੀ ਆ? 2 × 2 ਮੀਨਸ ਐਚ ਸੀ ਐਫ, ਕਿੰਨਾ ਆ ਗਿਆ ਆਪਣੇ ਕੋਲ? 4, ਠੀਕ ਹੈ। ਤਾਂ ਕਿਹੜੀ ਆਪਸ਼ਨ ਆਊਗੀ ਬੇਟਾ? 4th ਆਪਸ਼ਨ। ਨੈਕਸਟ ਹੈ ਜੀ ਆਪਣੇ ਕੋਲ 1/5 ਅਤੇ 1/4 ਵਿਚਕਾਰ ਇੱਕ ਪਰਮੇਯ ਸੰਖਿਆ ਹੈ। ਦੇਖੋ ਬੇਟਾ, ਨੀਚੇ ਸਭ ਦੇ 100 ਆ ਆਪਸ਼ਨ ਦੇ ਵਿੱਚ, ਮੀਨਸ ਤੁਹਾਨੂੰ ਨੀਚੇ 100 ਬਣਾਉਣਾ ਪਏਗਾ। 1/5, 5 ਨੂੰ ਕਿਤਨਾ ਮਲਟੀਪਲਾਈ ਕਰਾਂਗੇ ਆਪਾਂ? 20 ਨਾਲ, ਤਾਂ ਉੱਪਰ ਵੀ 20 ਨਾਲ, ਨਿਊਮੀਨੇਟਰ ਡਿਨੋਮੀਨੇਟਰ ਦੋਨਾਂ ਨੂੰ, ਮੀਨਸ ਅੰਸ਼ ਅਤੇ ਹਰ ਦੋਨਾਂ ਨੂੰ, ਇਹ ਬਣ ਗਿਆ 20/100। ਇਹਦੀ 1/4, ਇਹਨੂੰ ਕਿਤੇ ਨਾਲ ਕਰਾਂਗੇ ਆਪਾਂ? 25 ਦੇ ਨਾਲ, ਮੀਨਸ 25/100। ਹੁਣ 20 ਔਰ 25 ਦੇ ਵਿਚਕਾਰ ਕਿਹੜਾ ਨੰਬਰ ਆਉਂਦਾ ਹੈ? 22/100, ਠੀਕ ਹੈ ਜੀ। ਤਾਂ ਆਪਣਾ ਆਂਸਰ ਆ ਗਿਆ ਬੇਟਾ 2nd ਆਪਸ਼ਨ। ਨੈਕਸਟ ਬੇਟਾ, ਦੀ ਵੈਲਿਊ ਫਾਇੰਡ ਆਊਟ ਕਰਨੀ ਹੈ 2.6 ਬਾਰ ਅਤੇ 1.9 ਬਾਰ, ਅਲੱਗ ਅਲੱਗ ਸੋਲਵ ਕਰਦੇ ਹਾਂ। ਪਹਿਲਾਂ 2.6, ਸੇਮ ਉੱਦਾਂ ਹੀ ਆਪਾਂ ਐਕਸ ਮੰਨ ਕੇ ਕਰਾਂਗੇ, ਇਹ 'ਚ 6 ਰਿਪੀਟ ਹੋ ਰਹੇ ਆ, 6, 6, 6। ਚਲੋ ਮੈਂ 3 ਵਾਰ ਲਿਖ ਲਿਆ, ਜਿੰਨੀ ਵਾਰ ਮਰਜ਼ੀ ਲਿਖ ਲਓ, ਡੈਸ਼ਿਸ ਲਗਾ ਤੇ ਮੀਨਸ ਸੋ ਓਨ। ਹੁਣ 1 ਡਿਜਿਟ ਰਿਪੀਟ ਹੋ ਰਿਹਾ ਤਾਂ ਕਿਤਨਾ ਮਲਟੀਪਲਾਈ ਹੋਏਗਾ? 10 ਡਿਜਿਟ ਬੇਟਾ, 1 ਡਿਜਿਟ ਰਾਈਟ ਸਾਈਡ 'ਤੇ ਸ਼ਿਫਟ ਹੋ ਜਾਏਗੀ। ਠੀਕ ਹੈ ਜੀ, ਹੁਣ ਦੋਨਾਂ ਨੂੰ ਕੀ ਕਰਾਂਗੇ ਆਪਾਂ? ਸਬਟ੍ਰੈਕਟ, ਹੁਣ ਮਾਈਨਸ ਕਰੋ, ਮੀਨਸ 2 − 1, ਇਹ ਬਣ ਜਾਏਗਾ 10x, ਨੀਚੇ 1x, 26.66, ਸੋ ਓਨ, ਮੀਨਸ ਜਿੱਥੇ ਡੈਸ਼ਿਜ਼ ਨੇ ਉੱਥੇ 6 ਹੀ ਨੇ ਸਾਰੇ, 2.66। ਇੱਥੇ ਆ ਗਏ ਬੇਟਾ 9x, ਪੁਆਇੰਟ ਤੁਹਾਡੇ ਬਾਅਦ ਸਾਰੇ 0, 6 ਨੇ, ਮੀਨਸ 0 ਆ ਜਾਣਗੇ। ਇੱਥੇ ਕਿੰਨਾ ਆ ਗਿਆ? 24, ਮੀਨਸ ਐਕਸ ਦੀ ਵੈਲਿਊ ਪੁਆਇੰਟ ਤੋਂ ਬਾਅਦ 0 ਛੱਡ ਸਕਦੇ ਹੋ, ਕਿੰਨਾ ਆ ਗਿਆ? 24/9, ਠੀਕ ਹੈ ਜੀ। ਆਪਾਂ ਐਕਸ ਦੀ ਵੈਲਿਊ ਨੋਟ ਕਰ ਲਈ, 24/9। ਹੁਣ ਆਪਾਂ ਦੂਜੀ ਵੈਲਿਊ ਕੱਢੋ, ਮੀਨਸ 2.6 ਨੂੰ ਆਪਾਂ ਲਿਖ ਸਕਦੇ ਹਾਂ 24/9। ਹੁਣ ਇੱਦਾਂ ਹੀ 1.9 ਦੀ ਕੱਢੋ,
ਚਲੋ ਆਪਾਂ ਇਹਨੂੰ ਐਕਸ ਮੰਨਦੇ ਹਾਂ, ਸੇਮ ਉਦੀ ਬੇਟਾ 1.999 ਕਿਉਂਕਿ ਇਹ 9 ਰਿਪੀਟ ਹੋ ਰਹੇ ਆ। ਹੁਣ 1 ਡਿਜਿਟ ਰਿਪੀਟ ਹੋ ਰਿਹਾ 10 ਨਾਲ ਮਲਟੀਪਲਾਈ ਹੋਏਗਾ, 1 ਡਿਜਿਟ ਬੇਟਾ ਰਾਈਟ ਸਾਈਡ 'ਤੇ ਸ਼ਿਫਟ ਹੋ ਜਾਏਗਾ ਪੁਆਇੰਟ, ਸੋ ਓਨ। ਸੇਮ ਉਦੀ ਸਬਟਰੈਕਟ ਕਰਾਂਗੇ 2-1, ਠੀਕ ਹੈ, ਇਹ ਬਣ ਜਾਏਗਾ 10x ਇਜ਼ ਇਕੁਅਲ ਟੂ 19.99, ਸੋ ਓਨ, ਅਤੇ ਐਕਸ ਇਜ਼ ਇਕੁਅਲ ਟੂ 1.999, ਸੋ ਓਨ। ਇਹ ਬਣ ਗਏ ਬੇਟਾ 9x, ਪੁਆਇੰਟ ਤੋਂ ਬਾਅਦ ਸਾਰੇ ਜ਼ੀਰੋਜ਼ ਆਉਣਗੇ, ਸੇਮ ਡਿਜਿਟ ਆ, ਇੱਥੇ ਕਿੰਨਾ ਆ ਗਿਆ 18, ਅਤੇ ਐਕਸ ਦੀ ਵੈਲਿਊ ਕਿੰਨੀ ਆ ਗਈ ਬੇਟਾ ਆਪਣੇ ਕੋਲ 18/2, 18/9, ਸੋਰੀ, ਅਤੇ 9 ਸੀ ਨਾ 9, 9 2 18, ਮੀਨਸ ਇੱਧਰ ਐਕਸ ਦੀ ਵੈਲਿਊ ਕਿੰਨੀ ਆ ਗਈ 2, ਮੀਨਸ 1.9 ਕਿਹਦੇ ਬਰਾਬਰ ਆ 2 ਦੇ, ਠੀਕ ਹੈ। ਹੁਣ ਬੇਟਾ ਇਹਦੀ ਵੈਲਿਊ ਕੱਢੀ ਸੀ 2.6 ਦੀ ਆਪਾਂ ਨੇ 24/9, 1.9 ਦੀ ਵੈਲਿਊ ਕੱਢੀ ਸੀਗੀ 2/1 ਕਰ ਲਓ। ਹੁਣ ਇਹਨੂੰ ਆਪਾਂ ਐਲਸੀਅਮ ਲੈ ਕੇ ਸੋਲਵ ਕਰ ਲੈਣ, ਜਾਂ ਬਟਰਫਲਾਈ ਲਗਾ ਲਓ, 24/9 × 2 = 18, ਕਿੰਨਾ ਬਣ ਗਿਆ ਆਪਣੇ ਕੋਲ 6/9, ਠੀਕ ਹੈ ਜੀ। 2 3 ਦੇ ਟੇਬਲ 'ਚ ਕੱਟ ਜੂਗਾ, ਕਿੰਨਾ ਆ ਗਿਆ 2/3। ਹੁਣ ਜਦੋਂ ਨੂੰ ਪੁਆਇੰਟਾਂ 'ਚ ਕੱਢੋਗੇ, ਸ਼ੁਰੂ ਤੋਂ ਪਹਿਲਾਂ ਜ਼ੀਰੋ ਲੱਗ ਜਾਏਗਾ 18, ਤੁਸੀਂ ਜ਼ੀਰੋ ਵਿੱਚ ਜਿੰਨੇ ਮਰਜ਼ੀ ਲਗਾ ਸਕਦੇ ਹੋ। ਦੇਖੋ ਇਹਦੇ 'ਚ 6 ਆ ਬਾਰ ਬਾਰ ਰਿਪੀਟ ਹੋ ਰਹੇ ਆ, ਮੀਨਸ 0.666, ਸੋ ਓਨ, ਮੀਨਸ ਜਿਹਨੂੰ ਆਪਾਂ ਲਿਖ ਸਕਦੇ ਹਾਂ 0.6 ਬਾਰ, ਠੀਕ ਹੈ ਜੀ। ਤਾਂ ਕਿਹੜਾ ਆਂਸਰ ਆ ਗਿਆ ਆਪਣੇ ਕੋਲ? ਫਸਟ ਆਪਸ਼ਨ। ਅੱਗੇ ਹੈਗਾ ਬੇਟਾ ਆਪਣੇ ਕੋਲ 144 ਨੂੰ ਇਸਦੇ ਦੋ ਵੱਖ ਵੱਖ ਗੁਣਖੰਡਾਂ ਦੇ ਰੂਪ ਵਿੱਚੋਂ ਵਜੋਂ ਕਿੰਨੇ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ? ਇਨ ਹਾਓ ਮੈਨੀ ਵੇਜ਼ 144 ਕੈਨ ਬੀ ਐਕਸਪ੍ਰੈਸਡ ਐਜ ਪ੍ਰੋਡਕਟ ਆਫ ਇਟਸ 2 ਡਿਫਰੈਂਟ ਫੈਕਟਰਸ। ਅਲੱਗ ਅਲੱਗ ਫੈਕਟਰ ਹੋਣੇ ਚਾਹੀਦੇ ਨੇ। ਜਿਵੇਂ 144 ਆਪਾਂ ਲਿਖ ਸਕਦੇ ਹਾਂ 1 × 144, ਦੋ ਰਕਮਾਂ 'ਚ ਰਿਪ੍ਰੈਜੈਂਟ ਕਰਨਾ। ਹੋਰ ਇਹਨੂੰ ਕਿੱਦਾਂ ਲਿਖ ਸਕਦੇ ਹਾਂ? 2 × 72, ਠੀਕ ਹੈ। ਹੋਰ ਬੇਟਾ 3 × 48, ਠੀਕ ਹੈ ਜੀ। 4 × 36, 5 ਤਾਂ ਜਾਂਦਾ ਨਹੀਂ ਬੇਟਾ। 6 × 24, 7 ਤਾਂ ਜਾਣਾ ਨਹੀਂ, ਉਸ 8 ਤਾਂ ਦੇਖੋ। 8 × 18, ਠੀਕ ਹੈ ਜੀ। 9 ਤਾਂ ਦੇਖੋ, 9 × 16, ਠੀਕ ਹੈ। ਉਸ ਤੋਂ ਬਾਅਦ ਕਿਤੇ ਜਾਏਗਾ 12 × 12, ਇਹ ਦੋ ਫੈਕਟਰਸ ਬਣ ਗਏ। ਹੁਣ ਦੇਖਣਾ ਡਿਫਰੈਂਟ ਫੈਕਟਰਸ ਕਿਆ, ਮੀਨਸ ਇਹ ਵੈਲਿਊ ਨਿਕਲ ਜੂਗੀ ਬਾਹਰ, ਤਾਂ ਕਿੰਨੇ ਹੋ ਗਏ? 1, 2, 3, 4, 5, 6 ਐਂਡ 7,
ਤਾਂ ਕਿਹੜਾ ਆਂਸਰ ਆਊਗਾ ਬੇਟਾ? ਆਪਸ਼ਨ 4 7। ਥੈਂਕਸ ਬੇਟਾ ਫੋਰ ਵਾਚਿੰਗ ਦਿਸ ਵੀਡੀਓ। ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਥੈਂਕਸ ਬੇਟਾ ਜੀ।